ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਵਿਚਾਰ ਵਟਾਂਦਰਾ ਅਸੀਂ ਬਦਸਤੂਰ ਜਾਰੀ ਰੱਖਿਆ ਹੋਇਆ ਜੀ, ਆਮ ਆਦਮੀ ਪਾਰਟੀ ਅਤੇ ਕਿਸ ਤਰੀਕੇ ਨਾਲ ਆਪਸੀ ਮਤਭੇਦ ਸੁਲਝਾ ਕੇ ਗੱਲਾਂ ਖਤਮ ਕਰਕੇ ਜੋ ਵਾਪਰੀਆਂ ਹਨ ਪਿਛਲੇ 3 ਹਫ਼ਤਿਆਂ ਤੋਂ ਅਸੀਂ ਵੇਖ ਰਹੇ ਹਾਂ, ਕੁਝ ਨਾ ਕੁਝ ਸੁਰਖੀਆਂ ਦੇ ਵਿੱਚ ਨਵਾਂ ਸੁਣਨ ਨੂੰ ਮਿਲ ਰਿਹਾ ਔਰ ਉਸ ਮੁਤਲਕ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ। ਲੈਂਦੇ ਹਾਂ ਜੀ ਤੁਹਾਡੀ ਕਾਲ ਸੁਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀ ਪ੍ਰਤੀਕਿਰਿਆ ਇਸ ਮੁਤਲਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਹਰਕੀਰਤ, ਤੁਹਾਨੂੰ ਅਤੇ ਸ਼ਰਮਾ ਜੀ ਨੂੰ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਬਰਿੰਦਰ ਆਲੂਵਾਲਿਆ ਕਹਿੰਦੇ। ਸਤਿ ਸ਼੍ਰੀ ਅਕਾਲ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਦੇਖੋ ਪਹਿਲੀ ਤਾਂ ਗੱਲ ਹੈ ਕਿ ਜੀ ਇਲੈਕਸ਼ਨ ਰਿਫਾਰਮ 'ਚ ਸੁਧਾਰ ਹੋਣਾ ਚਾਹੀਦਾ ਹੈ ਜੀ, ਕਿ ਜਿਹੜਾ ਕਾਂਸਟੀਚੁਐਂਸੀ ਤੋਂ ਬੰਦਾ ਖੜਾ ਹੋਵੇ ਉੱਥੋਂ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਜੀ। ਅੱਛਾ, ਹੁਣ ਇਹ ਨਹੀਂ ਕਿ ਤੁਸੀਂ ਬਾਹਰੋਂ ਕਿਸੇ ਇਲਾਕੇ ਤੋਂ ਥੋਪ ਕੇ ਉਸ ਕਾਂਸਟੀਚੁਐਂਸੀ ਨੂੰ ਭੇਜ ਦਿਓ। ਹੁੰਦਾ ਕੀ ਹੈ ਕਿ ਜਿਹੜੇ ਡਿਸਗ੍ਰੰਟਲ ਐਲੀਮੈਂਟਸ ਜਾਂ ਪੈਸੇ ਵਾਲੇ ਆਦਮੀ, ਅਨਡਿਸਪਲਿਨਡ ਬਦਮਾਸ਼ ਲੁੱਚੇ, ਉਹ ਪੈਸਾ ਦੇ ਕੇ ਟਿਕਟਾਂ ਤਾਂ ਲੈ ਲੈਂਦੇ ਨੇ ਔਰ ਫਿਰ ਕੰਮ ਹਾਂਜੀ ਹਾਂਜੀ ਕਰਦੇ ਨੇ। ਅਕਲ ਨਹੀਂ ਹੈਗੀ ਉਹਨਾਂ ਕੋਲ, ਨਾ ਹੀ ਉਹ ਦੱਸਦੇ ਨੇ ਜੀ। ਹੁਣ ਸਵਾਲ ਮੈਂ ਇਸ ਧਿਆਨ ਆ ਕਿ ਦੋਨੋਂ ਪਾਰਟੀਆਂ ਦੇ ਜਿਹੜੇ ਲੀਡਰ ਨੇ, ਸੁਖਪਾਲ ਖਹਿਰਾ ਤੇ ਭਗਵੰਤ ਮਾਨ, ਪਾਰਟੀ ਕਾਨਫਰੰਸ ਕਰਨ ਜਾ ਰਹੇ ਨੇ, ਇਹ ਪੰਜਾਬ 'ਚ ਨਹੀਂ ਹੋਣੀ ਚਾਹੀਦੀ? ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਇਹ ਦੋਨਾਂ ਨੇ ਮਸਲੇ ਨੂੰ ਤਵੱਜੋ ਨਹੀਂ ਦੇਣੀ, ਇਹਨਾਂ ਨੇ ਭੜਕਾਊ ਭਾਸ਼ਣ ਦੇ ਰਹੇ ਨੇ ਇਹ ਪ੍ਰੂਵ ਕਰਨ ਲਈ ਕਿ ਮੈਂ ਤੇਰੇ ਨਾਲੋਂ ਜ਼ਿਆਦਾ ਤਕੜਾ, ਮੇਰੇ ਕੋਲ ਫੋਲੋਅਰ ਜ਼ਿਆਦਾ ਨੇ, ਔਰ ਹੋ ਸਕਦਾ ਹੈ ਕਿ ਫੋਲੋਅਰ ਦੀ ਆਪਸ 'ਚ ਲੜਾਈ ਹੋ ਜਾਏ ਜੀ। ਤੇ ਆਮ ਆਦਮੀ ਪਾਰਟੀ ਜਿਹੜੀ ਸੈਂਟਰਲ ਹੈ, ਉਹਨਾਂ ਨੂੰ ਚਾਹੀਦਾ ਇਹਨਾਂ ਦੋਨਾਂ ਨੂੰ ਉੱਥੇ ਦਿੱਲੀ ਬੁਲਾਉਣ ਜੀ, ਦਿੱਲੀ ਬੁਲਾ ਕੇ ਇਹਨਾਂ ਦੇ ਸਮਝੌਤਾ ਕਰਾਉਣ, ਇਹਨਾਂ ਦੇ ਦੁੱਖ ਦਾ ਦੇਖਣ ਕਿ ਵੀ ਕੀ ਪ੍ਰੋਬਲਮ ਕੀ ਹੈ ਇਹਨਾਂ ਨੂੰ ਜੀ, ਔਰ ਤੇ ਉਹ ਜਿਹੜਾ ਹੱਲ ਹੈ ਉਹ ਸੈਂਟਰਲ ਗਵਰਨਮੈਂਟ ਦੀ ਸੈਂਟਰਲ ਪਾਰਟੀ ਦੀ ਇੰਟਰਵੈਂਸ਼ਨ ਨਾਲ ਹੋਣਾ ਚਾਹੀਦਾ ਜੀ। ਇਹਦੇ 'ਚ ਜੋ ਮੈਂ ਦੇਖ ਰਿਹਾ ਸਭ ਤੋਂ ਜ਼ਿਆਦਾ ਤਮਾਸ਼ਬੀਨ ਇਹਦੇ 'ਚ ਹੈਗੇ ਆ ਪਟਿਆਲਾ ਗਰੁੱਪ। ਪਟਿਆਲਾ ਗਰੁੱਪ 'ਚ ਕੌਣ ਹੈ? ਧਰਮਵੀਰ ਗਾਂਧੀ ਜੀ, ਤੁਹਾਡਾ ਡਾਕਟਰ ਬਲਬੀਰ ਸਿੰਘ ਤੇ ਚੀਮਾ ਜੀ, ਔਰ ਇਹ ਤਿੰਨਾਂ ਨੂੰ, ਚਾਰਾਂ ਨੂੰ ਅੱਗ ਲਾਉਣ ਵਾਲਾ ਹੈਗਾ ਕੈਪਟਨ ਅਮਰਿੰਦਰ ਸਿੰਘ। ਸੋ ਯੂ ਹੈਵ ਟੂ ਟੇਕ ਦਮ ਅਵੇ ਫਰੋਮ ਦਿਸ ਪੀਪਲ, ਤਾਂ ਕਿ ਅਗਰ ਤੁਸੀਂ ਕੋਈ ਸਮਝੌਤਾ ਲੈਣਾ, ਅਕਲ ਦੀ ਗੱਲ ਕਰਨੀ ਹੈ ਤੇ ਇੱਥੇ ਕਰੋ। ਹੁਣ ਕਿਸੇ ਨੇ ਬੜਾ ਅੱਛਾ ਸਵਾਲ ਕੀਤਾ ਸੀਗਾ ਚਰਚਲ ਨੂੰ ਕਿ ਵੀ ਪੋਲਿਟਿਕਸ 'ਚ ਚੰਗੇ ਲੋਕੀ ਕਿਉਂ ਨਹੀਂ ਆਉਂਦੇ ਜੀ, ਤੇ ਉਹਦੇ 'ਚ ਉਹਨੇ ਜਵਾਬ ਦਿੱਤਾ ਸੀ, ਦ ਪਨਿਸ਼ਮੈਂਟ ਫੋਰ ਇੰਟੈਲੀਜੈਂਟ ਪੀਪਲ ਇਜ਼ ਟੂ ਸਰਵ ਅੰਡਰ ਦ ਗਵਰਨਮੈਂਟ ਆਫ ਫੁਲਿਸ਼ ਪੀਪਲ। ਇਹ ਜਿਹੜੀ ਸਾਡੇ ਕੋਲ ਹੁਣ ਗਵਰਨਮੈਂਟ, ਜਿੱਥੇ ਵੀ ਆਉਣ ਕੋਈ ਵੀ ਪਾਰਟੀ ਆਵੇ, ਇਹ ਸਾਰੇ ਬੇਵਕੂਫ਼ ਨੇ, ਇਹ ਸਾਰੇ ਆਪਣਾ ਆਪਣਾ ਮਤਲਬ ਉੱਲੂ ਕਰਦੇ ਨੇ, ਨਾ ਪੰਜਾਬ ਦਾ ਹੱਲ ਹੁੰਦਾ ਹੈ ਨਾ ਹਿੰਦੁਸਤਾਨ ਦਾ ਹੱਲ ਹੁੰਦਾ, ਪਰ ਇਹਨਾਂ ਨੇ ਹਿੰਦੁਸਤਾਨ ਦਾ ਬੇੜਾ ਗਰਕ ਕਰਕੇ ਰੱਖਿਆ ਜੀ। ਜੀ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਡਰਟੀ ਪੋਲੀਟਿਕਸ, ਐਂਡ ਆਫ ਦਾ ਡੇ ਅਗਰ ਅਸੀਂ ਘੁਮਾ ਕੇ ਵੇਖੀਏ ਸਾਰੀ ਗੱਲਾਂ ਨੂੰ, ਡਰਟੀ ਪੋਲੀਟਿਕਸ ਨੇ ਉਹਨਾਂ ਇਮਾਨਦਾਰ ਲੋਕਾਂ ਨੂੰ ਵੀ ਰਾਜਨੀਤੀ ਦੇ ਵਿੱਚ ਆਉਣ ਲਈ, ਜਿਹੜੇ ਚਾਹੁੰਦੇ ਸੀਗੇ ਕਿ ਅਸੀਂ ਜਾ ਕੇ ਇਸ ਡਰਟੀ ਪੋਲੀਟਿਕਸ ਦੇ ਖਿਲਾਫ ਲੜਾਂਗੇ, ਲੇਕਿਨ ਐਂਡ ਆਫ ਦਾ ਡੇ ਉਹਨਾਂ ਨੂੰ ਹੀ ਸੈਕਰੀਫਾਈਸ ਕਰਨਾ ਪੈਂਦਾ ਔਰ ਉਹ ਹਿੱਸਾ ਬਣ ਜਾਂਦੇ ਹਨ ਡਰਟੀ ਪੋਲੀਟਿਕਸ ਦਾ। ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੋਈ ਰੀਪ੍ਰੈਜੈਂਟੇਟਿਵ ਨੁਮਾਇੰਦੇ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀਗੀ, ਜਿਨ੍ਹਾਂ ਦੀ ਜੰਗ ਸੀਗੀ ਕਰਪਸ਼ਨ ਦੇ ਖਿਲਾਫ, ਇਸ ਡਰਟੀ ਪੋਲੀਟਿਕਸ ਦੇ ਖਿਲਾਫ, ਅੱਜ ਉਹ ਇਸ ਡਰਟੀ ਪੋਲੀਟਿਕਸ ਦਾ ਹਿੱਸਾ ਬਣ ਚੁੱਕੇ ਨੇ? ਦੇਖੋ ਹਰਕੀਰਤ, ਆਮ ਆਦਮੀ ਪਾਰਟੀ ਜਿਸ ਏਜੰਡੇ ਨੂੰ ਲੈ ਕੇ, ਜਿਸ ਚੀਜ਼ ਨੂੰ ਲੈ ਕੇ ਹੋਂਦ 'ਚ ਆਈ ਸੀਗੀ, ਜਿਸ ਦਾਅਵੇ ਨੂੰ ਲੈ ਕੇ ਹੋਂਦ 'ਚ ਆਈ ਸੀਗੀ ਕਿ ਅਸੀਂ ਕਰਪਸ਼ਨ ਫਰੀ ਸੁਸਾਇਟੀ ਬਣਾਵਾਂਗੇ, ਅਸੀਂ ਸਾਰੇ ਇੱਕ ਰਿਫਾਈਨ ਕਰ ਦਾਂਗੇ ਪੂਰੇ ਇਸ ਪੋਲੀਟੀਕਲ ਸਿਸਟਮ ਨੂੰ, ਉਹ ਸਾਰਾ ਚੀਜ਼ਾਂ ਜੋ ਲੈ ਕੇ ਆਈ ਸੀ, ਉਹਨਾਂ 'ਚੋਂ ਤਾਂ ਕੁਛ ਵੀ ਨਹੀਂ ਹੋਇਆ। ਇਟਸ ਅ ਬੰਚ ਆਫ ਪੀਪਲ ਹੂ ਹੈਜ਼ ਲੋਟ ਆਫ ਈਗੋਸ, ਭਾਵੇਂ ਉਹ ਦਿੱਲੀ ਦੇਖ ਲਓ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੇ ਵੀ ਲੀਡਰਸ ਇਹਨਾਂ ਨੇ ਹੁਣ ਤੱਕ ਬਣਾਇਆ, ਇਟਸ ਅ ਬੰਚ ਆਫ ਪੀਪਲ ਜਿਨ੍ਹਾਂ ਦੇ ਸਾਰੇ ਈਗੋ ਕਲੈਸ਼ ਹੀ ਰਹੇ। ਅੱਛਾ, ਐਵਰੀਬਡੀ ਇਜ਼ ਆਫਟਰ ਪੋਸਟ, ਸਭ ਨੂੰ ਝੰਡੀ ਵਾਲੀ ਗੱਡੀ ਚਾਹੀਦੀ ਸੀ, ਸਭ ਨੂੰ ਉਹ ਸਭ ਆਪਣਾ ਕੀ ਕਹਿੰਦੇ ਆਪਣਾ ਪੋਸਟ ਚਾਹੀਦੀ ਸੀਗੀ, ਐਂਡ ਐਵਰੀਬਡੀ ਵਾਸ ਟਰਾਇੰਗ ਫੋਰ ਦਿਸ। ਇਹ ਵੀ ਤੁਹਾਨੂੰ ਦੱਸਾਂ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਸੀਗੇ, ਵਿਧਾਨ ਸਭਾ ਚੋਣਾਂ ਦੇ ਵਿੱਚ ਬੜਾ ਗੱਜ ਵੱਜ ਕੇ ਆਮ ਆਦਮੀ ਪਾਰਟੀ ਨੇ ਸ਼ੋਰ ਸ਼ੋਰ ਮਚਾਇਆ, 100 ਸੀਟਾਂ ਲੈਣ ਦਾ ਦਾਅਵਾ ਕੀਤਾ, ਸਾਰਾ ਕੁਝ ਕੀਤਾ, ਉਸ ਤੋਂ ਬਾਵਜੂਦ ਕੀ ਹੋਇਆ? ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਕੌਣ ਬਣੇਗਾ ਪਾਰਟੀ ਦਾ, ਇਸ ਚੀਜ਼ ਨੂੰ ਲੈ ਕੇ ਕਾਫੀ ਲੰਬੇ ਤੱਕ ਸਸਪੈਂਸ ਰਿਹਾ, ਇਸ ਚੀਫ ਸੀਐਮ ਬਣਨ ਦੇ ਵੀ ਦਾਅਵੇਦਾਰ ਰਹੇ ਕਈ, ਔਰ ਇਹ ਵੀ ਖਬਰਾਂ ਆਈਆਂ ਕਿ ਕਈ ਲੋਕ ਇਹਨਾਂ ਦੇ ਜਿਹੜੇ ਪਾਰਟੀ ਦੇ ਸੀਨੀਅਰ ਲੀਡਰ ਨੇ, ਰਿਜ਼ਲਟ ਨਿਕਲਣ ਤੋਂ ਕੁਝ ਦਿਨ ਪਹਿਲਾਂ ਰਾਤ ਨੂੰ ਸਕ੍ਰਿਪਟ ਲੈ ਕੇ ਅਤੇ ਆਪਣੀ
ਸਹੁੰ ਚੁੱਕਣ ਦੀ ਰਿਹਰਸਲ ਕਰਦੇ ਸੀਗੇ ਕਿ ਮੈਂ ਮੁੱਖ ਮੰਤਰੀ ਕੀ ਸ਼ਪਥ ਲੈਤਾ ਹਾਂ, ਇੱਦਾਂ ਕਰਦੇ ਰਹੇ। ਲੇਕਿਨ ਕਨਫਿਊਜ਼ਨ ਕੀ ਹੋਇਆ, ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਨੰਬਰਦਾਰ ਬਣਾ ਬਣਾ ਕੇ ਭੇਜੇ ਸੀ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਹੁਣ ਵਿਊਅਰਸ ਨੇ ਵੀ ਕੀਤਾ ਕਿ ਟਿਕਟ ਇੱਕ ਇਮਾਨਦਾਰ ਵਾਲੇ ਬੰਦੇ ਨੂੰ ਦੇਣੀ ਚਾਹੀਦੀ ਹੈ, ਇਹਨਾਂ ਦਾ ਸਭ ਤੋਂ ਪਹਿਲਾ ਕੰਮ ਕੀ ਸੀ? ਟਿਕਟ ਡਿਸਟ੍ਰੀਬਿਊਸ਼ਨ। ਟਿਕਟ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸੀਗੇ, ਸੰਜੇ ਸਿੰਘ, ਦੁਰਗੇਸ਼ ਪਾਠਕ, ਇਹਨਾਂ ਨੂੰ ਲੈ ਕੇ ਸਵਾਲ ਖੜ੍ਹੇ ਹੋਏ। ਔਰ ਜਦੋਂ ਰਿਜ਼ਲਟ ਨਹੀਂ ਆਇਆ ਤਾਂ ਦੁਰਗੇਸ਼ ਪਾਠਕ ਐਂਡ ਸੰਜੇ ਸਿੰਘ ਵਾਜ਼ ਦਾ ਫਸਟ ਪੀਪਲ ਜਿਹੜੇ ਛੱਡ ਕੇ ਭੱਜ ਗਏ ਆਪਣੀ ਜ਼ਿੰਮੇਵਾਰੀ ਕਿ ਜੀ ਅਸੀਂ ਤੁਹਾਨੂੰ ਚੱਲੇ, ਸਾਡੇ ਵੱਸ ਦੀ ਨਹੀਂ ਹੈ। ਇਟਸ ਲਾਈਕ ਦੈਟ, ਕਿਉਂਕਿ ਇਸ ਪਾਰਟੀ ਦੀ ਸ਼ੁਰੂ ਤੋਂ ਸਟ੍ਰੈਟਜੀ ਬੜੀ ਕਨਫਿਊਜ਼ਿੰਗ ਰਹੀ। ਇਹਨਾਂ ਨੇ ਮੈਨੇਜਮੈਂਟ ਜਿਹੜੀ ਆਪਣੇ ਇਹੋ ਜਿਹੇ ਬੰਦਿਆਂ ਨੂੰ ਦਿੱਤੀ ਜਿਹਨਾਂ ਦੇ ਕੋਲ ਈਗੋ ਸੀਗੀ। ਔਰ ਸਭ ਤੋਂ ਵੱਡਾ ਜਿਹੜਾ ਕਨਫਿਊਜ਼ਨ, ਅਗਰ ਇਲੈਕਸ਼ਨਾਂ ਤੋਂ ਲੈ ਕੇ ਚੱਲੋ, ਜਦੋਂ ਦੁਰਗੇਸ਼ ਪਾਠਕ, ਸੰਜੇ ਸਿੰਘ ਆਏ, ਇਹਨਾਂ ਨੇ ਟਿਕਟਾਂ ਦਿੱਤੀਆਂ, ਕਿਹੜਾ ਕਿਹੜਾ ਇਲਜ਼ਾਮ ਹੈ ਜਿਹੜਾ ਇਹਨਾਂ ਦੋਨਾਂ ਦੇ ਉੱਤੇ ਨਹੀਂ ਲੱਗਿਆ ਸੀਗਾ ਉਹਨਾਂ ਦਿਨਾਂ 'ਚ? ਲੋਕ ਸਾਰੀ ਇੱਕ ਇੱਕ ਚੀਜ਼ ਨੂੰ, ਪੰਜਾਬ ਦੇ ਵੋਟਰਸ ਬੜੇ ਸਮਝਦਾਰ ਨੇ, ਉਹ ਇੱਕ ਇੱਕ ਚੀਜ਼ ਨੂੰ ਦੇਖਦੇ ਨੇ। ਅਗਰ ਤੁਹਾਨੂੰ ਯਾਦ ਹੋਏ, ਇਲੈਕਸ਼ਨ ਜਦੋਂ ਹੋਣੇ ਸੀ ਉਸ ਤੋਂ ਥੋੜ੍ਹੇ ਦਿਨ ਪਹਿਲਾਂ ਮਨੀਸ਼ ਸਿਸੋਦੀਆ ਪੰਜਾਬ ਦੇ ਵਿੱਚ ਕਿਤੇ ਪ੍ਰਚਾਰ ਕਰਨ ਗਏ, ਉੱਥੇ ਕਿਸੇ ਨੇ ਪੁੱਛਿਆ ਜੀ ਤੁਹਾਡੀ ਜਿਹੜਾ CM ਹੋਏਗਾ ਕੌਣ ਹੋਏਗਾ, ਅਤੇ ਮਨੀਸ਼ ਸਿਸੋਦੀਆ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਸਿਸੋਦੀਆ ਆਪਣਾ ਕੇਜਰੀਵਾਲ ਜੀ ਨੂੰ ਤਾਂ CM ਮੰਨ ਕੇ ਚੱਲੋ। ਤਦ ਲੋਕਾਂ ਨੂੰ ਇਹ ਲੱਗਿਆ ਕਿ ਹਰਿਆਣਾ ਦੇ ਕੇਜਰੀਵਾਲ ਕੱਲ੍ਹ ਨੂੰ ਸਾਡੇ ਪੰਜਾਬ ਦਾ CM ਬਣ ਜਾਏਗਾ, ਕਿ ਪੰਜਾਬੀਆਂ ਦੀ ਵੀ ਆਪਣੀ ਅਣਖ ਹੈ। ਉਹ ਇਸ ਚੱਕਰ ਇਹ ਵਾਲਾ ਡਿਸੀਜ਼ਨ ਉਲਟਾ ਪੈ ਗਿਆ। ਹੁਣ ਲੋਕ ਕਹਿਣ ਜੀ ਮਨੀਸ਼ ਆਪਣਾ ਸੰਜੇ ਸਿੰਘ ਨੇ ਖਰਾਬ ਕੀਤਾ, ਦੁਰਗੇਸ਼ ਪਾਠਕ ਨੇ ਕੀਤਾ, ਮੈਂ ਤਾਂ ਕਹਿੰਦਾ ਸਿਸੋਦੀਆ ਨੇ ਵੀ ਪਾਰਟੀ ਨੂੰ ਖਰਾਬ ਕੀਤਾ। ਪਾਰਟੀ ਦੇ ਲੀਡਰਸ ਤੇ ਆਪਣਾ ਕੋਈ ਵਿਜ਼ਨ ਹੀ ਨਹੀਂ ਸੀ, ਉਹਨਾਂ ਨੂੰ ਕੋਈ ਮੈਚੋਰਿਟੀ ਨਹੀਂ ਸੀਗੀ। ਬਿਲਕੁਲ, ਇੱਥੇ ਉਹੀ ਵਾਲੀ ਗੱਲ ਆ ਗਈ। ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬੜੇ ਵੱਖ ਵੱਖ ਜਿਹੜੇ ਜੋਕਸ ਨੇ ਔਰ ਸ਼ੇਅਰ ਨੇ ਇਸ ਮੁਤਲਕ ਚੱਲ ਰਹੇ ਨੇ, ਅਤੇ ਕਈਆਂ ਨੇ ਲਿਖਿਆ ਕਿ ਕਹਿੰਦੇ ਗਾਲਿਬ ਤੁਮ ਕਿਆ ਸਮਝੋਗੇ ਪੰਜਾਬ ਕੋ, ਦਿੱਲੀ ਕੇ ਹੋ ਤੁਮ ਤੋ ਹਮ ਵੀ ਪੰਜਾਬੀ ਹੈ। ਇਹ ਚੀਜ਼ ਉਹੀ ਗੱਲ, ਉਹਨਾਂ ਨੂੰ ਪਤਾ ਹੈ ਨਾ ਕਿ ਅਸੀਂ ਬਿਲਕੁਲ ਇੰਟੈਲੀਜੈਂਟ ਹੈਗੇ ਹਾਂ। ਬਿਲਕੁਲ, ਮੇਰੇ ਨਾਲ ਬੜੇ ਸਾਰੇ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਅਸੀਂ ਵਿਚਾਰ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਵੀ ਆਮ ਆਦਮੀ ਪਾਰਟੀ ਜਿੱਤੀ ਜਿਹੜੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਨੇ ਨਾ ਖੁਸਰਿਆਂ ਵਾਲਾ ਕੰਮ ਕਰਕੇ ਦਿਖਾ ਲਿਆ, ਜਿਹੜੀਆਂ ਹੁਣ ਵੀਡੀਓ ਆਪਣੇ ਲੀਕਿੰਗ ਹੋ ਰਹੀ ਆ, ਜਿੱਦੀ ਦਾ ਗੱਲਾਂ ਦਿਖਾਇਆ, ਉਸ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਨਾ ਨੰਬਰਵਾਈਜ਼ ਕੱਢੇ ਆ ਬਾਹਰ, ਉਹਦਾ ਬਹੁਤ ਜ਼ਿਆਦਾ ਦੁੱਖ ਹੋਇਆ। ਉਹਦੇ ਕੱਢਣ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਆਉਂਦਾ ਸੀ, ਫਿਰ ਸੁਨੀਤ ਬਰਾੜ ਆਉਂਦਾ ਸੀ, ਫਿਰ ਸਿੱਧੂ ਆਉਂਦਾ ਸੀ, ਫਿਰ ਸੁੱਚਾ ਸਿੰਘ ਮਖਾ, ਇਹ ਜਿੰਨੇ ਸੁੱਚਾ ਸਿੰਘ ਛੋਟੇ ਪਰ ਜਿੰਨੇ ਲੀਡਰ ਅੱਜ ਤੱਕ ਤੋੜੇ ਆ, ਸਾਰੇ ਭਗਵੰਤ ਮਾਨ ਨੇ ਤੋੜੇ ਆ, ਸਾਰਾ ਪੰਜਾਬ ਸਾਰਾ ਭਗਵੰਤ ਮਾਨ ਦੇ ਨਾਲ ਸੀ। ਮੈਂ 3 ਲੱਖ ਰੁਪਇਆ ਦਿੱਤਾ, ਮੈਂ ਵਾਪਸ ਲੈਣਾ, ਭਾਵੇਂ ਮੈਨੂੰ ਕੇਸ ਨਾ ਕਰਨਾ ਪਵੇ ਕੇਜਰੀਵਾਲ ਦੇ ਉੱਪਰ। ਉਦੋਂ ਬਾਅਦ ਇਹਨਾਂ ਨੂੰ ਇਸ ਗੱਲ ਦੀ, ਭਗਵੰਤ ਮਾਨ ਨੂੰ ਸੀ ਵੀ ਮੈਂ ਹੀ ਇਕੱਲਾ ਸਾਰਾ ਕੰਮ ਕਰੀ ਜਾਵਾਂ। ਦੇਖੋ ਫੂਲਕਾ ਸਾਹਿਬ ਕਿੱਦਾਂ ਵੀ ਉਹ ਇੱਕ ਚੰਗੀ ਸ਼ਖਸੀਅਤ ਆ, ਜਿਹਨਾਂ ਨੇ ਅੱਜ ਤੱਕ ਬਿਨਾਂ ਪੈਸੇ ਤੋਂ ਕੇਸ ਲੜ ਰਹੇ ਆ 84 ਦੇ ਦੰਗਿਆਂ ਦੇ। ਔਰ ਭਗਵੰਤ ਮਾਨ ਆ ਪੂਰਾ ਜ਼ਿੰਮੇਵਾਰ ਪਾਰਟੀ ਨੂੰ ਹਰਾਉਣ ਵਾਲਾ, ਜਿਹੜੀ ਤੇਲ ਪਾਤਾ ਭਗਵੰਤ ਮਾਨ ਨੇ। ਇਹਨਾਂ ਨੂੰ ਤਾਂ ਸਿਰਫ ਜਿਹੜੇ ਆਪਣੇ ਖੁਸਰੇ ਨੇ ਨੱਚਣ ਵਾਲੇ ਜਾਂਦੇ ਹੁੰਦੇ, ਠੀਕ ਹੈ ਤੂੰ ਬੁਲਾਰਾ ਆ, ਠੀਕ ਹੈ ਤੂੰ ਗੱਲਬਾਤ ਕਰਦਾ, ਉਹਨਾਂ ਨੂੰ ਫੁਰਦੀਆਂ ਹੁੰਦੀਆਂ ਜਿਹੜੇ ਬੰਦੇ ਭੰਡ ਹੋ, ਉਹਨਾਂ ਨੇ ਉਹ ਗੱਲ ਬਹੁਤ ਉੱਤਰਦੀ ਆ, ਅਸੀਂ ਮੰਨਦੇ ਹਾਂ। ਪਰ ਇਹਦੇ ਵਿੱਚ ਇੱਕ ਸਿਆਣੇ ਸਮਝਦਾਰ ਪੜ੍ਹੇ ਲਿਖੇ ਬੰਦੇ, ਦਿਮਾਗੀ ਬੰਦੇ ਜਿਹੜੇ ਪਾਰਟੀਆਂ ਨੂੰ ਇੰਨੀ ਦੇਰ ਚਲਾਉਂਦੇ ਆਏ ਆ, ਜਾਂ ਬੇਸ਼ੱਕ ਦੂਜੀਆਂ ਪਾਰਟੀਆਂ ਦੇ ਵਿੱਚ ਤੁਰੇ ਫਿਰਦੇ ਆ ਅੱਜ ਦੇ ਟਾਈਮ ਵਿੱਚ, ਪਰ ਉਹ ਬੰਦੇ ਅਗਰ ਇੱਕ ਗਰੁੱਪ ਬਣਨਾ ਚਾਹੁੰਦਾ ਸੀ, ਉਦੋਂ ਮੌਕਾ ਸੀ, ਇਹ ਸੋਚਦੇ ਸੀ ਵੀ ਮੈਨੂੰ ਹੀ ਮਿਲੇ, ਹੋਰ ਕਿਸੇ ਨੂੰ ਜਗ੍ਹਾ ਨਾ ਮਿਲੇ। ਪਰ ਇਹਦੇ ਵਿੱਚ ਸਾਰਾ ਦੋਸ਼ੀ ਭਗਵੰਤ ਮਾਨ ਆ, ਸਾਰੇ NRI ਬੰਦਿਆਂ ਨੇ ਰੋਲ ਕੇ ਰੱਖਿਆ। ਹੁਣ ਬਿਲਕੁਲ ਜੀਰੋ ਜਿਹੜੀ ਹੁਣ ਸੀਟ ਆਉਣੀ ਆ, ਤੁਸੀਂ ਆਪਣੇ ਹੁਣ ਭਗਵੰਤ ਮਾਨ ਨੇ ਖੜਾ ਹੋਣਾ ਕਾਂਗਰਸ ਨੂੰ, ਉਹ ਵੀ ਹਾਰੂਗਾ, ਹਰ ਹਾਲ ਤੋਂ ਹਾਰੂਗਾ। ਅਸੀਂ NRI ਬੰਦੇ ਪੂਰੇ ਵਰਲਡ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਜੀ, ਬਹੁਤ ਗਹਿਰੇ ਭਾਵ ਸੀਗੇ ਇਹਨਾਂ ਦੇ, ਹੈ ਨਾ। ਅਤੇ ਸੈਲਫਿਸ਼ ਦੀ ਗੱਲ ਇੱਥੇ ਆ ਰਹੀ ਹੈ ਕਿ ਹੁਣ ਸਿਆਸਤਦਾਨ ਜਿਹੜੇ ਨੇ ਸੈਲਫਿਸ਼ ਹੋ ਚੁੱਕੇ ਨੇ। ਭਗਵੰਤ ਮਾਨ ਦੀ ਜਿਵੇਂ ਗੱਲ ਸਾਡੇ ਵਿਊਅਰਸ ਵੱਲੋਂ ਕਹੀ ਜਾ ਰਹੀ ਹੈ, ਪਹਿਲੇ ਸਾਡੇ ਕਾਲਰ ਨੇ ਜੋ ਪਹਿਲੇ ਵੀ ਕਹਿ ਚੁੱਕੇ ਹਨ, ਭਗਵੰਤ ਮਾਨ ਦੀ ਜਿਹੜਾ ਸਟੈਂਡ ਪਹਿਲਾਂ ਸੀਗਾ ਜਦ ਉਹ ਸਿਆਸਤ ਦੇ ਵਿੱਚ ਆਏ ਸੀਗੇ, ਹੁਣ ਜਿਹੜਾ ਉਹਨਾਂ ਦਾ ਸਟੈਂਡ ਹੈ ਉਹ ਦੋਨੋਂ ਪਾਸੇ ਹੁਣ ਗੱਲ ਵੇਖਣ ਨੂੰ ਵੀ ਮਿਲੇਗੀ। ਜਾਣਨ ਦੀ ਕੋਸ਼ਿਸ਼ ਕਰਾਂਗੇ ਅਜਿਹੀ ਗੱਲਾਂ ਦੇ ਉੱਤੇ, ਸਵਾਲ ਜਿਹੜੇ ਬਣ ਰਹੇ ਨੇ ਉਹਨਾਂ ਦੇ ਜਵਾਬ, ਔਰ ਲਵਾਂਗੇ ਤੁਹਾਡੇ ਫੋਨ ਕਾਲਸ ਵੀ। ਕਰਦੇ ਰਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ, ਔਰ ਦਿੰਦੇ ਰਹੋ ਆਪਣੇ ਸੁਝਾਅ, ਆਪਣੇ ਪ੍ਰਤੀਕਰਮ ਇਸ ਬ੍ਰੇਕ ਤੋਂ ਉਸ ਬਾਅਦ।